ਸੀ ਹੁਣ ਵੀ ਕਹੂੰਗਾ ਜੀ ਵੀ ਇਹ ਹੈਗਾ ਕਿ ਤੁਸੀਂ ਹਾਸਲ ਕੀ ਕਰ ਸਕਦੇ ਹੋ ਤੁਹਾਡੇ ਅੰਦਰ ਹੋਣਾ ਚਾਹੀਦਾ ਅਤੇ ਮੇਰੇ ਕੋਈ ਬੰਦਾ ਤਾਂ 30-35 ਦੇਸ਼ਾਂ 'ਚ ਸੈਂਕੜੇ ਵਾਰੀ ਜਹਾਜ਼ ਚੜਿਆ ਹੋਵੇ ਅਤੇ ਕੋਈ ਇਹ ਥੋੜ੍ਹੀ ਲੱਗਣੀ ਹੈ ਜੀ ਕਹਿੰਦੇ ਵੀ ਨੇ ਕਿ ਨੀਤ ਨੂੰ ਮੁਰਾਦਾ ਲੱਗਦੀਆਂ ਸੋ ਉਸੇ ਤਰ੍ਹਾਂ ਨਾਲ ਇੱਕ ਦਰਸ਼ਕ ਨੇ ਜਿਹੜੇ ਤੁਹਾਨੂੰ ਸੁਣਨ ਲਈ ਬੇਕਰਾਰ ਨੇ ਜੀ ਹੈਲੋ ਹਾਂਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਵਾਲ ਸਿੰਘ ਬੋਲ ਰਿਹਾ ਜੀ ਮੇਨ ਬਾਜ਼ਾਰ ਹਟੂਰ ਜਗਰਾਉਂ ਤੋਂ ਜੀ ਵਿਦੇਸ਼ਾਂ ਦੇ ਵਿੱਚ ਗਾਇਕਾਂ ਦੇ ਖੁੱਲੇ ਖਾੜੇ ਲੱਗਦੇ ਨੇ ਹਿੰਦ ਪਾਕ ਨਾਲ ਵਹਿੰਦੇ ਕਵੀ ਦਰਬਾਰ ਵੀ ਸਜਦੇ ਨੇ ਪਿਆਰ ਪੁਜਾਰੀ ਕਦੇ ਨਾ ਮੰਨਦੇ ਇਹ ਵੰਡਾਂ ਆਪਦੀਆਂ ਹੁਣ ਵਿਦੇਸ਼ਾਂ ਵਿੱਚੋਂ ਵੀ ਮਹਿਕਾਂ ਆਉਣ ਪੰਜਾਬ ਤੇ ਪੰਜਾਬੀਅਤ ਦੀ ਤੇ ਪੰਜਾਬ ਮੈਂ ਬਹੁਤ ਬਹੁਤ ਧੰਨਵਾਦੀ ਇਹਨਾਂ ਦਾ ਇਹਨਾਂ ਨੇ ਉੱਥੇ ਬਾਹਰ ਜਾ ਕੇ ਵੀ ਸਾਡੀ ਪੰਜਾਬੀ ਨੂੰ ਸਾਡੀ ਪੰਜਾਬੀ ਭਾਸ਼ਾ ਨੂੰ ਸਾਡੇ ਸੱਭਿਆਚਾਰ ਨੂੰ ਸਾਂਭ ਕੇ ਰੱਖਿਆ ਹੋਇਆ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਜਿਹੜੇ ਸਾਡੇ ਪੰਜਾਬੀ ਵਿਦੇਸ਼ਾਂ ਦੇ ਵਿੱਚ ਬਹੁਤ ਦੇਰ ਪਹਿਲਾਂ ਤੋਂ ਗਏ ਹੋਏ ਆ ਉਹਨਾਂ ਦੇ ਜਿਹੜੇ ਨਵੇਂ ਬੇਬੀ ਬੋਰਨ ਆ ਉਹਨਾਂ ਨੂੰ ਇਹ ਇਸ ਮੀਡੀਆ ਰਾਹੀਂ ਚਾਹੇ ਪ੍ਰਿੰਟ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਉਹਦੇ ਰਾਹੀਂ ਇਸ ਦੇ ਨਾਲ ਪੰਜਾਬੀ ਭਾਸ਼ਾ ਦੇ ਨਾਲ ਪੰਜਾਬੀ ਮਾਂ ਬੋਲੀ ਦੇ ਨਾਲ ਕਿਸ ਤਰ੍ਹਾਂ ਜੋੜਦੇ ਆ ਕੀ ਜੇ ਆਪਾਂ ਕਹਿੰਦੇ ਹਾਂ ਕਿ ਬੱਚਾ ਜਿਹੜਾ ਸਭ ਤੋਂ ਪਹਿਲਾਂ ਬੋਲ ਕੰਨਾਂ 'ਚ ਬੋਲ ਸੁਣਦਾ ਮਾਂ ਦੇ ਹੁੰਦੇ ਆ ਜਨਮ ਤੋਂ ਬਾਅਦ ਸੋ ਮੇਰੇ ਖਿਆਲ 'ਚ ਕੋਈ ਬਦਕਿਸਮਤੀ ਮਾਂ ਹੋਊਗੀ ਜਿਹੜੀ ਬਾਹਰ ਰਹਿੰਦੀ ਆ ਔਰ ਪੰਜਾਬਣ ਹੋਵੇ ਅਤੇ ਉਹ ਪਹਿਲਾ ਸ਼ਬਦ ਅੰਗਰੇਜ਼ੀ ਬੋਲੇਗੀ ਸੋ ਜਦੋਂ ਪਹਿਲਾ ਸ਼ਬਦ ਬੋਲਦੀ ਪੰਜਾਬੀ ਆ ਤਾਂ ਬੱਚਾ ਪੰਜਾਬੀ ਨਾਲ ਜੁੜ ਜਾਏਗਾ ਠੀਕ ਹੈ ਨਾ ਅਤੇ ਬਲੱਡ 'ਚ ਪੰਜਾਬੀ ਉੱਤਰ ਜਾਏਗੀ ਸੋ ਹਰ ਮਾਂ ਬਾਪ ਦਾ ਇਹ ਯਤਨ ਹੈ ਕਿ ਛੋਟੇ ਬੱਚੇ ਨੂੰ ਘਰ 'ਚ ਉੱਦਾਂ ਦਾ ਚਾਹੇ ਖਿਡੌਣੇ ਵੀ ਉੱਦਾਂ ਦੇ ਲਿਆ ਕੇ ਦਿੱਤੇ ਜਾਣ ਪੰਜਾਬੀ ਵਰਗੇ ਤਾਂ ਕਿ ਉਹਦਾ ਸੁਭਾਅ ਉਹਦੀਆਂ ਆਦਤਾਂ ਉਹਦੀ ਬੋਲਚਾਲ ਜਿਹੜੀ ਆ ਉਹ ਪੰਜਾਬੀ ਨਾਲ ਜੁੜੀ ਰਹੇ ਮੇਰੇ ਖਿਆਲ 7-8 ਸਾਲ ਦੀ ਉਮਰ ਤੱਕ ਹਰ ਮਾਂ ਬਾਪ ਦਾ ਇਹ ਯਤਨ ਹੈ ਜਿਹੜਾ ਪੰਜਾਬੀ ਹੈ ਉਹਦਾ ਬੱਚਾ ਪੰਜਾਬੀ ਤੋਂ ਬਾਹਰ ਨਾ ਜਾਵੇ ਅਸ਼ੋਕ ਜੀ ਤੁਸੀਂ ਜ਼ਿੰਦਗੀ ਨੂੰ ਸਾਂਝਾ ਰੰਗਮੰਚ ਕਹਿੰਦੇ ਹੋ ਆਪਣੀ ਕਿਤਾਬ 'ਚ ਵੀ ਲਿਖਿਆ ਆਪਣੇ ਕੰਮ 'ਚ ਬਿਜ਼ੀ ਹੋ ਜਾਣਾ ਕਿਸੇ ਨੇ ਦੇਖੋ ਪਰਿਵਾਰ ਨਾਲ ਬੰਦਾ ਹੋਰ ਹੈ ਘਰ ਹੋਰ ਹੈ ਮਿੱਤਰਾਂ ਦੋਸਤਾਂ ਨਾਲ ਹੋਰ ਹੈ ਲਿਖਣ ਵੇਲੇ ਹੋਰ ਹੈ ਖਾਣ ਪੀਣ ਵੇਲੇ ਹੋਰ ਹੈ ਸੋ ਬੰਦੇ ਦੇ ਸਵੇਰ ਤੋਂ ਸ਼ਾਮ ਤੱਕ 24 ਘੰਟਿਆਂ 'ਚ ਤੁਸੀਂ ਆਪ ਹੀ ਰੰਗ ਮੰਚ ਦੇਖੋ ਕਿੰਨੇ ਆ ਤੇ ਜ਼ਿੰਦਗੀ ਸੰਘ ਰੰਗ ਮੰਚ ਦਾ ਅੱਜ ਤੁਸੀਂ ਕਾਫੀ ਸਾਰੇ ਰੰਗ ਦਿਖਾ ਦਿੱਤੇ ਜੀ ਔਰ ਬਹੁਤ ਅੱਛਾ ਲੱਗਾ ਤੁਸੀਂ ਬਹੁਤ ਜਾਣਕਾਰੀ ਦਿੱਤੀ ਇੱਥੇ ਆਏ ਥੈਂਕ ਯੂ ਔਰ ਸ਼ਿਵ ਜੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ